ਕਿਉਂਕਿ ਤੁਸੀਂ ਲਿਖਣੇ 'ਚ ਵੀ ਦੇਖ ਲਓ, ਇੱਕ ਗਾਣਾ ਆਇਆ ਸੀ ਵੀ ਮੈਂ ਸੌਣ ਦੇ ਸ਼ਰਾਟਿਆਂ 'ਚ ਭਿੱਜੀ ਗਈ, ਮੈਨੂੰ ਛਤਰੀ ਦੇ ਹੇਠ ਲੁਕਾ ਲਾ, ਮਿਸ ਪੂਜਾ ਦਾ ਗਾਣਾ ਸੀ। ਹੁਣ ਜੇ ਤਾਂ ਕਿਸੇ ਨੂੰ ਪਤਾ ਹੋਊਗਾ ਵੀ ਸੌਣ ਦੇ ਵਿੱਚ ਝੜੀ ਲੱਗਦੀ ਹੈ ਤੇ ਭਾਦੋਂ ਦੇ ਸ਼ਰਾਟੇ ਹੁੰਦੇ ਆ, ਫਿਰ ਤਾਂ ਇਹਦੇ 'ਚ ਟੈਕਨੀਕਲ ਮਿਸਟੇਕ ਕੱਢੂਗਾ ਵੀ ਸੌਣ ਦੇ ਸ਼ਰਾਟੇ ਨੀ ਹੁੰਦੇ, ਬੀਬਾ ਸੌਣ ਦੀ ਤਾਂ ਸੌਣ ਦੀ ਝੜੀ ਹੁੰਦੀ ਹੈ, ਭਾਦੋਂ ਦੇ ਸ਼ਰਾਟੇ ਹੁੰਦੇ ਆ। ਜਿਹਨੇ ਨੱਚ ਕੇ ਗਾ ਪਾਣਾ ਉਹਨੂੰ ਕੋਈ ਫਰਕ ਹੁਣ ਪਤਾ ਹੀ ਨੀ, ਲੋਕਾਂ ਨੂੰ ਸੌਣ ਤੇ ਭਾਦੋਂ ਦਾ ਹੀ ਨੀ ਜਦੋਂ ਪਤਾ, ਤਾਂ ਉਹ ਤਾਂ ਨੈਕਸਟ ਚੀਜ਼ ਹੋ ਗਈ ਨਾ ਵੀ ਸੌਣ ਦੇ ਵਿੱਚ ਝੜੀ ਆ ਕਿ ਸ਼ਰਾਟੇ ਆ। ਹੁਣ ਏਦਾਂ ਹੀ ਇੱਕ ਗਾਣਾ ਸੀਗਾ ਕਹਿੰਦਾ ਵੀ ਅਸੀਂ ਜਿਹਦੇ ਘੋੜੀਆਂ ਨਰਕਾਂ ਨੂੰ ਉਹਦੀ ਸਿੱਧੀ ਚੜ੍ਹਦੀ ਬਰਾਤ, ਜਿਹਦੇ ਅਸੀਂ ਘੋੜੀਆਂ ਸੁਹਾਗ ਗਾ ਦਈਏ। ਹੁਣ ਜਿਹਨੂੰ ਇਹੀ ਨਹੀਂ ਪਤਾ ਵੀ ਘੋੜੀਆਂ ਮੁੰਡੇ ਦੇ ਵਿਆਹ 'ਚ ਗਾਈਆਂ ਜਾਂਦੀਆਂ, ਸੁਹਾਗ ਕੁੜੀ ਦੇ ਵਿਆਹ 'ਚ ਗਾਏ ਜਾਂਦੇ ਆ, ਜਿਹਦੇ ਮੈਂ ਸੁਹਾਗ ਗਾ ਤਾਂ ਉਹਦੀ ਬਰਾਤ ਨਹੀਂ ਚੜ੍ਹ ਸਕਦੀ, ਉਹਦੀ ਤਾਂ ਡੋਲੀ ਉੱਠੂਗੀ ਜੀ। ਪ੍ਰੋਬਲਮ ਇਹ ਹੈ ਕਿ ਸਾਡੇ ਲੋਕਾਂ ਨੂੰ ਮਤਲਬ ਸਾਡੀ ਕਹਿ ਲਓ ਵੀ ਸਾਡੀ ਰਿਸਰਚ ਖਤਮ ਹੋ ਚੁੱਕੀ ਆ, ਅਸੀਂ ਗਾਣਾ ਸਿਰਫ ਐਂਟਰਟੇਨਮੈਂਟ ਲਈ ਜਾਂ ਪੜ੍ਹਨਾ ਵੀ ਅਸੀਂ ਬੰਦ ਕਰਤਾ। ਜੇ ਅਸੀਂ ਪੜ੍ਹਦੇ ਵੀ ਆ ਤਾਂ ਪੜ੍ਹਨ ਚ ਵੀ ਅਸੀਂ ਮਤਲਬ ਕੁਛ ਵੀ ਲਿਖਿਆ ਜਾ ਰਿਹਾ। ਉਹ ਪਿੱਛੇ ਜੇ ਇੱਕ ਧਰਨਾ ਲੱਗਿਆ ਸੀ ਇੱਥੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ, ਉੱਥੇ ਪੰਜਾਬ ਸਕੂਲ ਦੀਆਂ ਕਿਤਾਬਾਂ ਸੀਗੀਆਂ ਜਿਹਦੇ ਵਿੱਚ ਇਹ ਲਿਖਿਆ ਹੋਇਆ ਕਿ ਗੁਰੂ ਤੇਗ ਬਹਾਦਰ ਜੀ ਇੱਕ ਬਦਮਾਸ਼ ਸੀ, ਲੁੱਟ-ਖੋਹ ਕਰਦੇ ਸੀ, SGPC ਵੱਲੋਂ ਮਾਨਤਾ ਪ੍ਰਾਪਤ ਸੀ। ਉੱਥੇ ਧਰਨਾ ਚੱਲਿਆ ਕਿੰਨਾ ਟਾਈਮ ਹੈ ਨਾ, ਤੇ ਉਹ ਫਿਰ ਕਿਤਾਬ ਚਲੋ ਮੁੜ ਕੇ ਬੈਨ ਹੋਈ ਹੈ। ਸੋ ਗੱਲ ਇਹ ਨਹੀਂ ਹੈ ਕਿ ਅਸੀਂ ਪੜ੍ਹਨਾ ਵੀ ਪੜ੍ਹਨਾ ਹੀ ਆ ਜੀ, ਪੜ੍ਹਨਾ ਕੀ ਆ ਉਹ ਵੀ ਤਾਂ ਮੈਟਰ ਕਰਦਾ, ਅਸੀਂ ਸੁਣਨਾ ਹੈ, ਪਰ ਸੁਣਨਾ ਕੀ ਆ ਮੈਟਰ ਉਹ ਵੀ ਕਰਦਾ, ਕੀ ਅਸੀਂ ਜੋ ਸੁਣ ਰਹੇ ਹਾਂ ਉਹ ਸਹੀ ਹੈ। ਹੁਣ ਇੱਕ ਗਾਣਾ ਸੀ, ਹੁਣ ਲੋਕਾਂ ਨੇ ਕਹਿਣਾ ਵੀ ਤਾਂ ਕਸੂਰੇ ਕੱਢੀ ਜਾਂਦਾ, ਪਰ ਜਿਹੜੀ ਹੁਣ ਗੱਲ ਆ ਹੁਣ ਦੱਸਣੀ ਤਾਂ ਹੈ ਨਾ, ਕੋਈ ਜਦ ਨੋਟ ਹੀ ਨਹੀਂ ਕਰਦਾ, ਜੇ ਮੈਂ ਨੋਟ ਕੀਤੀ ਮੇਰਾ ਤਾਂ ਫਰਜ਼ ਆ ਭਾਈ ਦੱਸਣਾ। ਹੁਣ ਗਾਣਾ ਸੀ ਕਹਿੰਦਾ ਵੀ ਆਪਣੇ ਹਿੱਸੇ ਦੀ ਦੁਨੀਆਂ ਦੇ ਯਾਰ ਸਿਕੰਦਰ ਨੇ, ਸਿਕੰਦਰ ਉਹ ਸੀ ਜਿਹੜਾ ਪੰਜਾਬ ਨਹੀਂ ਜਿੱਤ ਸਕਿਆ ਕਦੇ, ਠੀਕ ਹੈ, ਤੇ ਮੈਂ ਫਿਰ ਆਪਣੇ ਹਿੱਸੇ ਦਾ ਸਿਕੰਦਰ ਕਿਉਂ ਬਣਾ, ਮੈਂ ਜੇ ਬਣਦਾ ਮੈਂ ਆਪਣੇ ਹਿੱਸੇ ਦਾ ਪੋਰਸ ਬਣੂੰਗਾ ਜਿਹਨੇ ਸਿਕੰਦਰ ਨੂੰ ਪੰਜਾਬ 'ਚ ਵੜਨ ਨਹੀਂ ਸੀ ਦਿੱਤਾ।